ਅਸਲਾਮੁਆਲਿਕਮ ਦੋਸਤੋ ਤੁਸੀਂ ਦੇਖ ਰਹੇ ਹੋ ਹਸੀਨ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅਮੀਰ ਹਮਜ਼ਾ ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਹਸੀਨ ਪੰਜਾਬ ਟੀਵੀ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦਾ ਬਟਨ ਦਬਾਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਸਾਡੇ ਵੀਰਾਂ ਤੱਕ ਕਸਾਨੀ ਨਾਲ ਪਹੁੰਚ ਸਕੇ ਔਰ ਤੁਸੀਂ ਇਹ ਵੀਡੀਓ ਦੇਖੋ ਸਭ ਤੋਂ ਪਹਿਲੇ ਅੱਜ ਜਨਾਬ ਆਪਣੇ ਵੀਰਾਂ ਭਰਾਵਾਂ ਵਾਸਤੇ ਇੱਕ ਪਹਿਲਨ ਛੋਟੀ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਪਹਿਲਾ ਸੁਬਾ ਸੁਈਏ ਕੈਮਰਾਮੈਨ ਸਾਹਿਬ ਦਿਖਾ ਰਹੇ ਨੇ ਕੈਮਰਾਮੈਨ ਸਾਹਿਬ ਤਸੱਲੀਆਂ ਕਰਵਾਉਣੀਆਂ ਨੇ ਝੁੱਟੀ ਦੀਆਂ ਮਾਸ਼ੱਲਾ ਬੜੀ ਖੂਬਸੂਰਤ ਏ ਪਹਿਲਾ ਸੁਬਾ ਸੁਈਏ ਹੱਡੀ ਚੰਗੀ ਖੁੱਡਾ ਪੁੱਠਾ ਬੜਾ ਖੂਬਸੂਰਤ ਮਾਸ਼ੱਲਾ ਥਣ ਵੀ ਸੋਹਣਾ ਲੱਗਿਆ ਹੋਇਆ ਪੂਰਾ ਮੁੱਠ ਪਰ ਥਾਣੇ ਔਰ ਸੋਣੀਆਂ ਵਿਦਲਾ ਨੇ ਥਣਾ ਦੇ ਵਿੱਚ ਬਾਕੀ ਜਾਨਵਰ ਕੈਮਰੇ ਦੀ ਨਜ਼ਰ ਏ ਚਿੱਟੀਆਂ ਅੱਖਾਂ ਬੱਲਾ ਮੱਥਾ ਚੂਰਕੁੰਡੇ ਸਿੰਘ ਨੇ ਲੰਮੀ ਬੂਥੀ ਬੜੀ ਪਿਆਰੀ ਮਾਸ਼ੱਲਾ ਖੂਬਸੂਰਤ ਝੋਟੀ ਏ ਪਹਿਲਾ ਸੁਬਾ ਸੁਈਏ ਪਿਓਰ ਨੀਲੀ ਦੀ ਏ ਦਰਿਆਏ ਨੀਲੀ ਦੇ ਬਿਲਕੁਲ ਨਜ਼ਦੀਕ ਅਸੀਂ ਖੜੇ ਆ ਜਨਾਬ ਨੀਲੀ ਬਾਹਰ ਦੇ ਜਾਨਵਰ ਆਪਣੇ ਵੀਰਾਂ ਭਰਾਵਾਂ ਨੂੰ ਲਬ ਲਬ ਕੇ ਦਿਖਾਈ ਦੇ ਨੇ ਕੋਸ਼ਿਸ਼ ਕਰੀ ਦੀਏ ਕਿ ਅੱਛੇ ਤੋਂ ਅੱਛਾ ਜਾਨਵਰ ਆਪਣੇ ਵੀਰਾਂ ਭਰਾਵਾਂ ਨੂੰ ਦਿਖਾਈਏ ਬਾਕੀ ਲੈਣ ਦੇ ਨੇ ਮੁਕੱਦਰ ਨੇ ਨੀਲੀ ਬਾਹਰ ਦੇ ਜਾਨਵਰ ਲਬ ਲਬ ਕੇ ਤੇ ਕੱਢ ਕੱਢ ਕੇ ਆਪਣੇ ਵੀਰਾਂ ਭਰਾਵਾਂ ਨੂੰ ਦਿਖਾਈ ਦੇ ਨੇ ਨੀਲੀ ਦਾ ਸ਼ੌਕ ਪੂਰਾ ਕਰਵਾਈਦਾ ਹੈ ਪਹਿਲਾ ਸੁਵਾ ਚੋਟੀ ਸੂਈਏ ਪਿੱਛੇ ਚੋਟੀ ਦੇ ਕਟਾ ਇਸ ਟਾਈਮ ਹਾਜ਼ਰ ਮੌਕੇ ਚੋਟੀ ਦੇ ਕੋਲੇ 12 ਲੀਟਰ ਦੁੱਧ ਮੌਜੂਦ ਹੈਗਾ ਅੱਜ ਚੌਥਾ ਦਿਨ ਹੈ ਚੋਟੀ ਸੂਈ ਨੂੰ ਮਾਸ਼ਾਅੱਲਾ ਬੜੀ ਖੂਬਸੂਰਤ ਹੈ 2 ਲੱਖ ਤੇ 80 ਹਜ਼ਾਰ ਰੁਪਈਆ ਦੀ ਡਿਮਾਂਡ ਕਰਦੇ ਨੇ ਪਿਆਰ ਮੁਹੱਬਤ ਹੋ ਜਾਏਗਾ ਔਰ ਅਸੀਂ ਇਨਸ਼ਾਅੱਲਾ ਤਾਲਾ ਕਰਵਾਵਾਂਗੇ ਜਿੱਥੋਂ ਤੱਕ ਹੋ ਸਕਿਆ ਪਹਿਲਾ ਸੁਵਾ ਚੋਟੀ ਸੂਈਏ 12 ਕਿਲੋ ਇਸ ਟਾਈਮ ਹਾਜ਼ਰ ਮੌਕੇ ਤੋਂ ਦੂਦ ਮੌਜੂਦ ਹੈਗਾ ਚੌਥਾ ਦਿਨੇ ਅੱਜ ਛੋਟੀ ਸੂਈ ਨੂੰ ਪਿੱਛੇ ਕੱਟਾ ਹੈ ਆਰਫ ਵਾਲਾ ਲੋਕੇਸ਼ਨ ਹੈ ਆਰਫ ਵਾਲੇ ਤੋਂ ਤਕਰੀਬਨ 17 ਤੋਂ 18 ਕਿਲੋਮੀਟਰ ਦੇ ਫਾਸਲੇ ਤੇ ਦਰਿਆਏ ਨੀਲੀ ਦੇ ਬਿਲਕੁਲ ਨਜ਼ਦੀਕ ਹੈ ਛੋਟੀ ਖਲੋਤੀ ਹੈ ਰਾਪਤਾ ਨੰਬਰ 03126122054 ਇਸ ਨੰਬਰ ਤੇ ਵਟਸਐਪ ਬਣੀ ਹੈ ਜਿੰਨਾ ਵੀਰਾ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੀ ਖਸੂਸੀ ਰਿਕਵੈਸਟ ਏ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕੀਤਾ ਕਰੋ ਮਜ਼ੀਦ ਇਨਸ਼ਾ ਅੱਲਾਹ ਤਾਲਾ ਇਸੇ ਤਰ੍ਹਾਂ ਦੇ ਹੀ ਖੂਬਸੂਰਤ ਜਾਨਵਰ ਆਪਣੇ ਵੀਰਾਂ ਭਰਾਵਾਂ ਨੂੰ ਦਿਖਾਉਂਦੇ ਰਵਾਂਗੇ ਰਾਪਤਾ ਨੰਬਰ ਇੱਕ ਵਾਰੀ ਫਿਰ ਦੱਸ ਦਈਏ 03126122054 ਇਸੇ ਨੰਬਰ ਤੇ WhatsApp ਬਣੀਏ 2 ਲੱਖ 80 ਹਜ਼ਾਰ ਰੁਪਏ ਇਸ ਛੋਟੀ ਦੀ ਡਿਮਾਂਡ ਹੈ ਅਗਰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਜ਼ਿੰਦਗੀ ਰਹੀ ਤਾਂ ਮਿਲਾਂਗੇ ਇੱਕ ਨਈ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਅਮੀਰ ਹਮਜ਼ਾ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼